स्वागत है किसान वीरों तुहाडा यूट्यूब चैनल सिद्धक डेयरी फार्मिंग दे विच। किसान वीरों अज जिहड़ी वीडियो बना रहे हैं पिंड दौलतपुरा, दोस्तों दौलतपुरे नूं तहसील ते जिला मोगा ही पैंदा। इस घर दे विचों भी कई वीडियो चैनल उत्ते अपलोड कीतियां, व्यापार दा बाई दा काम है। बाकी दोस्तों अज दी वीडियो दे विच नीली रावी नसल दी मझ तुहानूं दिखाउणी है, सून दे नेड़ आ, डिटेल बाई तों पुछांगे। सो वीडियो नूं दोस्तों अगे तक देखो, आओ बाई नाल गल्लबात करदे हां जी। पहलां डिटेल पुछदे हां फिर तुहानूं तोर के दिखावांगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸੀ ਵੀਰੇ? ਬਾਈ ਨਾਮ ਮੇਰਾ ਮਨਪ੍ਰੀਤ ਸਿੰਘ ਆ, ਪਿੰਡ ਦੌਲਤਪੁਰਾ ਉੱਚਾ, ਜ਼ਿਲ੍ਹਾ ਮੋਗਾ। ਵਪਾਰ ਦਾ ਕੰਮ ਆਪਾਂ ਕਰਦੇ? ਹਾਂਜੀ, ਆਪਣਾ ਵਪਾਰ ਦਾ ਕੰਮ ਹੈ। ਠੀਕ ਹੈ। ਅੱਛਾ, ਅੱਜ ਦੀ ਵੀਡੀਓ ਚ ਇਹੀ ਮੱਝ ਕੱਲੀ ਵਿਖਾਉਣੀ? ਹਾਂਜੀ, ਇਹੀ ਇੱਕ ਆਪਣੀ। ਕਿੰਨਵਾਂ ਸੂਆ ਸੂਣਾ? ਇਹ ਦੂਜੇ ਸੂਏ ਸੂਣਾ ਜੀ, ਹੁਣੇ ਨੇ 10 ਦਿਨ ਪਏ ਹਜੇ ਜੀ। 10 ਦਿਨ ਪਏ ਆ? ਹਾਂਜੀ। ਠੀਕ ਹੈ, ਤੇ ਕੀ ਇਹਦਾ ਰੇਟ ਕੀ ਰੱਖਿਆ? ਰੇਟ ਦਾ 62000 ਕਰਦੇ ਆ। 62000? ਹਾਂਜੀ। ਠੀਕ ਹੈ ਦੋਸਤੋ, ਨੀਲੀ ਰਾਵੀ ਨਸਲ ਦੀ ਮੱਝ, ਅੱਖ ਜੇ ਦੇਖੋ ਤਾਂ ਉਹ ਵੀ ਤੁਹਾਨੂੰ ਦੱਸੂਗੀ, ਜਮਾਂ ਘੇਰਾ ਜਿਹੜਾ ਗੁਲਾਬੀ ਹੈ, ਸੈਂਟਰ ਨੀਲਾ। ਸੋ ਸਿੰਘ ਵੇਖ ਸਕਦੇ ਹੋ ਤੁਸੀਂ, ਸੂਆ ਦੂਜਾ, ਹਾਲਾਂਕਿ ਛੋਟੇ ਕੱਦ ਕਾਠੀ ਦੀ ਇਹ ਮੱਝ ਹੈ। ਖੋਲ੍ਹ ਕੇ ਤੋਰਦੇ ਬਾਈ ਥੋੜ੍ਹੀ ਜੀ। 10 ਦਿਨ ਹਜੇ ਲੈਂਦੀ ਹੈ ਇਹ। ਸੋ ਮੱਝ ਦਾ ਤੁਹਾਨੂੰ ਹਵਾਨਾ ਜਦੋਂ ਤੁਰੂਗੀ ਉਦੋਂ ਦਿਸ ਜਾਣਾ। ਛੋਟੇ ਡੀਲ ਡੋਲ ਦੀ ਹੈ ਦੋਸਤੋ, ਬਾਹਲੀ ਉੱਚੀ ਲੰਬੀ ਨਹੀਂ ਜੀ। ਨਸਲ ਨੀਲੀ ਰਾਵੀ, ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ। ਬਾਹਰ ਬਾਰਿਸ਼ ਥੋੜ੍ਹੀ ਜਿਹੀ ਪੈ ਰਹੀ ਹੈ, ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਤੋਰ ਕੇ ਦਿਖਾਉਣ ਦੀ। 10 ਦਿਨਾਂ ਦੀ ਹਜੇ ਕੱਚੀ ਹੈ ਦੋਸਤੋ, ਦਹਿਣੇ ਨੇ ਲੈ ਜਾਣੇ ਆ। ਚੰਗੀ ਮੱਝ ਜਿਹੜੀ ਇਹ ਤਿਆਰ ਹੋ ਜਾਣੀ ਹੈ, ਦੇਖ ਸਕਦੇ ਹੋ ਤੁਸੀਂ ਥਣ ਹਵਾਨਾ। ਜਿਹੜੇ ਵੀਰ ਨੂੰ ਪਸੰਦ ਆਵੇ ਬਾਈ ਨੂੰ ਆ ਕੇ ਤੁਸੀਂ ਮਿਲੋ, ਆ ਕੇ ਪਸ਼ੂ ਨੂੰ ਦੇਖੋ। ਛੋਟੇ ਕੱਦ ਕਾਠਦੀ ਹੈ ਦੋਸਤੋ, ਇਹ ਵੀਡੀਓ ਦੇ ਵਿੱਚ ਸ਼ੁਰੂ 'ਚ ਹੀ ਦੱਸ ਦਿੰਦਾ, ਬਾਹਲੀ ਉੱਚੀ ਲੰਬੀ ਸਮਝ ਕੇ ਨਾ ਤੁਸੀਂ ਆਇਓ। ਇਹ ਧਿਆਨ 'ਚ ਰੱਖ ਕੇ ਇੱਥੇ ਪਹੁੰਚਣਾ ਹੋਊਗਾ ਵੀ ਇਹਦਾ ਕੱਦ ਕਾਠ ਛੋਟਾ ਹੀ ਹੈ। ਬਾਕੀ ਜਿੱਦਾਂ ਦੀ ਹੈਗੀ ਆ ਤੁਹਾਡੇ ਸਾਹਮਣੇ ਆ, ਸੋਹਣੇ ਮੂੰਹ ਮੱਥੇ ਦੀ ਅਤੇ ਟੇਢੇ ਕੱਟ ਵਾਲੀ ਮੱਝ ਹੈ। ਥਣ ਹਵਾਨਾ ਦੋਸਤੋ ਹਜੇ ਬਣਾਉਣਾ ਸ਼ੁਰੂ ਕੀਤਾ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। ਜੇ ਮੱਝ ਕਿਸੇ ਵੀਰ ਦੇ ਪਸੰਦ ਆਉਂਦੀ ਹੈ, ਬਾਈ ਨੂੰ ਕਾਲ ਕਰ ਸਕਦੇ ਹੋ। ਵੈਸੇ ਵੀ ਇਹਨਾਂ ਦਾ ਵਪਾਰ ਦਾ ਕੰਮ ਹੈ, ਕੋਸ਼ਿਸ਼ ਜ਼ਿਆਦਾ ਇੱਧਰ ਨੀਲੀ ਰਾਵੀ ਦੀਆਂ ਮੱਝਾਂ ਬਾਈ ਕੋਲ ਆਉਂਦੀਆਂ ਹੁੰਦੀਆਂ, ਜਿਹੜੀਆਂ ਦੀ ਆਪਾਂ ਵੀਡੀਓ ਬਣਾਉਂਦੇ ਰਹੇ ਹਾਂ। ਪਰ ਅੱਜ ਦੀ ਵੀਡੀਓ 'ਚ ਇੱਕ ਹੀ ਮੱਝ ਵਿਕਾਊ ਆ। ਵੈਸੇ ਜਿਹੜੇ ਪਸ਼ੂ ਘਰੇ ਖੜ੍ਹੇ ਆ ਉਹ ਤੁਹਾਨੂੰ ਨਾਲ ਜ਼ਰੂਰ ਦਿਖਾ ਦਿੰਦਾ, ਪਰ ਵਿਕਾਊ ਇਸ ਟਾਈਮ ਇਹ ਇੱਕ ਮੱਝ ਹੀ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।